राम गोविंद का ऐसी खेप हमार संतो बन जया नाम गोविंद का संतो बन जया नाम गोविंद का ऐसी हमारी हर के नाम के व्यापारी व्यापारी हर के नाम के हर के नाम करके गोले संगत के आज हुई थी भाई जेड़े बीबिया बैठी रहो ऐसे आज फुला खोल के ਫੁੱਲਾਂ ਦੀ ਸੇਜ ਦੇ ਬੈਠੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇੱਧਰੋ ਜੋ ਸਾਹਮਣੇ ਆਪ ਮਾਤਾ ਜੀ ਇੱਧਰ ਇੱਧਰ ਬਿਠਾ ਦਿਓ ਆਹ ਕੀਰਤਨ ਵਾਲੀਆਂ ਬੀਬੀਆਂ ਵੀ ਇਹਨਾਂ ਨੂੰ ਇੱਧਰ ਸਤਨਾਮ 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 ਜੀ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਜੀ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਸਤ ਨਾਮ ਸਤ
ਸਤਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਜੀ ਸਤ ਨਾਮ ਸਤ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਜੀ ਇੱਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਲ ਅਜੂਨੀ ਸੈਮ ਹੋਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਵਾਹੇ ਗੁਰੂ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹੇ ਗੁਰੂ ਓਂਕਾਰ ਸਤ ਨਾਮ ਕਰਤਾ ਪੁਰਖ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਵਾਹੇ ਗੁਰੂ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਸਾਧ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਵਾਹਿ ਗੁਰੂ ਇੱਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਵਾਹਿ ਸਤ ਨਾਮ
ਸਤਨਾਮ ਸਤਨਾਮ ਕੀ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੁਨੀ ਸੈ ਭੰਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਓਂਕਾਰ ਸਤਨਾਮ ਕਰਤਾ ਪੁਰਖ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਸਤਨਾਮ 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 ਵਾਹਿਗੁਰੂ 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 ਜੀ ਓਂਕਾਰ ਸਤਨਾਮ ਕਰਤਾ ਪੁਰਖ ਪੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਸਤਨਾਮ 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 ਜੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਸਤਨਾਮ 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 ਜੀ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਸਤਨਾਮ 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 ਜੀ ਜਪ ਲੋ ਸੱਚ
नानक होसी भी सच वाहे
ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਪ ਸੱਚ ਜੁਗਾਦ ਸੱਚ ਹੈ ਕੀ ਸੱਚ ਜਿਨ ਨਾਨਕ ਹੋਸੀ ਪੀ ਸੱਚ ਵਾਹੇ ਸਮਾਨ ਲਾਗ ਰਹੇ ਹੋ ਮੇਰਾ
चीत आदि अंत तब सदा सहाई तन हमारा मीत मालूम विलास पहे साहिब के अजरज देख बटाई नाम सत नाम वाहे गुरु वाहे गुरु वाहे गुरु जी इन्हां शब्दां दे संपड दे नाल 20 दिन च एक चिड़िए विच श्री महासंपड़ पाठ होया आप पहला महासंपड़ पाठ बाबा महर नाम सिंह जी पुछो वाले कहन लगे ऋषि जी ए श्री गुरु ग्रंथ साहिब जी दे पाठ दी बड़ी महानता है कलज विच एक सहज पाठ भी घर विच श्री गुरु ग्रंथ साहिब जी दा होवे पुछवाड़े महापुर कहिंदे सी मर्यादा नाल होवे ते इस पाठ दे नाल सारे दुख दलिद्र तकलीफां दूर होंदियां एक गृहस्थी बड़ा दुख दलिद्रां च फसिया होया हर पास्यो मुश्किलां ने बीमारी करजा होवे बीमारी होवे कलेश होवे कोर्ट कचहरियां दे तक्के ए सब कुछ ही आण के डिगया आद ब्याद उपाद आदियां ब्यादियां पादियां ए तिन्ने ताप निवारण हारा परमात्मा दा नाम है दुख हंता सुख रास सारे ਜੁੱਗਾਂ ਦੀ ਵਿਚਾਰ ਕਰਕੇ ਕਿ ਸਤਿਯੁਗ ਦੇ ਵਿੱਚ ਕੀ ਸ੍ਰਿਸ਼ਟੀ ਨੂੰ ਇਲਾਜ ਦਿੱਤਾ ਅਪਾ ਦਿੱਤਾ ਆਪ ਨਿਰੰਕਾਰ ਨੇ ਦੁਆਪਰ 'ਚ ਦਿੱਤਾ ਤ੍ਰੇਤੇ 'ਚ ਦਿੱਤਾ ਕਲਯੁੱਗ ਦਾ ਇਲਾਜ ਕੀ ਸੀ ਇਹ ਨਿਰੰਕਾਰ ਨੇ ਵਿਚਾਰਿਆ ਵਿਚਾਰ ਕੇ ਫਿਰ ਆਪ ਅਪਾ ਇਲਾਜ ਦੇਣ ਵਾਸਤੇ ਸ੍ਰਿਸ਼ਟੀ ਦੇ ਦੁੱਖਾਂ ਦਾ ਇਲਾਜ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਆਏ ਤੇ ਕੀ ਲੋਕਾਂ ਨੇ ਆਖਿਆ ਸੀ ਆ ਗਿਆ ਜੀ ਬਾਬਾ ਵੈਦ ਰੋਗੀਆਂ ਦਾ 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 ਬਾਬਾ ਵੈਦ ਰੋਗੀਆਂ ਦਾ ਆ ਗਿਆ ਜੀ ਬਾਬਾ ਵੈਦ ਰੋਗੀਆਂ ਦਾ ਰਾਮ ਰਾਏ ਹੋਏ ਵੈਦ ਬਣਵਾਰੀ ਮਾਥੇ ਸਰੀਰ ਜਲਣ ਹੈ
बड़े दुख दे विच आ, बड़ियां बिपता दे विच आ, कोई इलाज नहीं हो रहा इसका, चारे पासे जवाब है, दिनों दिन बीमारी बढ़ती जा रही है, हुण इंदा इलाज की है? सुनो, नैनो निरबह तन खीना, अखियां कमजोर हो गई ने, उन्हां जो पानी भगदा पिया है, शरीर कमजोर हो गया, खीन जड़ा तन है वो खीन हो हुंदा जा रहा, दिनों दिन हड्डियां चमड़ी पैर सब कुछ कमजोर हुंदा जा रहा है, तन पे केस दुध सिर दे शरीर दे वार भी चिट्टे हुंदे जा रहे ने, अगे रुंदा कठ शब्द नहीं उचरे, गले चो आवाज नहीं निकलती, गरीब आवाज इन्ना दुख मुश्किल बनया के आवाज निकलनी भी औखी हो गई है, अब क्या करे, हुण बंदा करे ते करे की, अखियां ता पानी बहाई जांदियां ने, धुंधला ही धुंधला दिसदा है, तन मेरा तन खीन कमजोर हो गया है सारे पास्यों, राम राए सिर दे वाल चिट्टे हो गए ने, पहे केस दुधवाणी गले विचों ता आवाज तक नहीं निकलती, दूजे तक पहुंचती नहीं, इन्नी मुश्किल बन गई है, हुण बंदा करे ते करे की, ते करे ते तेरे अगे अरदास ही करे, जिन्हें पैदा कीते हैं, जिन्हें बनाए ने, जिन्हें भेजे सृष्टि च, हुण अगे जी राम राए होए वैद बनवारी, तू आप ही वैद बन के आ, इन्हां बीमारियां दा हुण इलाज नहीं, सब पासे जवाब है, इस करके गुरु नानक पातशाह नूं आख्या है जी डॉक्टर बन के आ, राम राए होए वैद बनवारी, राम राए होए वैद बनवारी, वैद बनवारी, राम राए होए वैद बनवारी, अपने भगतां नूं ले हो बचा, अपने भगतां नूं ले हो बचा, राम राए होए वैद बनवारी, राम राए होए वैद बनवारी, डॉक्टर बन के आ, अपने भगतां नूं ले हो बचा, अपने भगतां नूं ले हो बचा, राम राए होए वैद बनवारी, राम राए होए वैद बनवारी, सच्चे डॉक्टर बन के आ, अपने भगतां नूं ले हो बचा, अपने भगतां नूं ले हो बचा, राम राए होए अपने संतान हो।
राजा राम राय होए बैद बनवारी अपने संतान ले हो बारी प्रिया अपने भगतान ले हो बचा अपने भगतान ले हो बचा राम राय होए बैद बनवारी जी अपने भगतानु ले हो बचा अपने भगतानु ले हो बचा राम राय होए बैद बनवारी अपने संतानु ले हो बारी सतगुरु डॉक्टर बन के आ अपने भगतानु ले हो बचा अपने भगतानु ले हो बचा राम राय होए बैद सतगुरु डॉक्टर बन के आ अपने भगतानु ले हो बचा अपने भगतानु ले हो बचा राम राय होए माथे पीर शरीर जलन है मथे च पीड़ा सिर च पीड़ा उठ दिया ने शरीर दे विच आगी लगी हुई ਸਰੀਰ ਚ ਬੜੀ ਚਲਣੇ ਅੱਗੇ ਕਰਕ ਕਲੇਜੇ ਮਾਹੀ ਕਲੇਜੇ ਨੂੰ ਇਹੋ ਜਿਹੀ ਤਕਲੀਫ ਏ ਜਿਹੜੀ ਚੱਲੀ ਨਹੀਂ ਜਾਂਦੀ ਕਰਕ ਕਲੇਜੇ ਮਾਹੀ ਐਸੀ ਬੇਦਨ ਉਪਜ ਖਰੀ ਭਾਈ ਵਾਕਾ ਔਖ ਦੇ ਨਾਹੀ ਐਸੀਆਂ ਬਿਮਾਰੀਆਂ ਚੱਲ ਪਈਆਂ ਇਹਨਾਂ ਦਾ ਇਲਾਜ ਹੀ ਨਹੀਂ ਕੋਈ ਹੇ ਵਾਹਿਗੁਰੂ ਸਤਿਗੁਰੂ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਸੁਣੀਆਂ ਨਹੀਂ ਸੀ ਉਹ ਪੈਦਾ ਹੋ ਗਈਆਂ ਨੇ ਇਹਨਾਂ ਦਾ ਇਲਾਜ ਹੀ ਨਹੀਂ ਕੋਈ ਲਾ ਇਲਾਜ ਬਿਮਾਰੀਆਂ ਨੇ ਹੁਣ ਸਤਿਗੁਰੂ ਕਹਿੰਦੇ ਆ ਭਾਈ ਤੈਨੂੰ ਦੱਸਦੇ ਹਾਂ ਇਹਨਾਂ ਬਿਮਾਰੀਆਂ ਦਾ ਇਲਾਜ ਹਰਿ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਹਰੀ ਦਾ ਨਾਮ ਜਿਹੜਾ ਇੰਨਾ ਜਲ ਨਿਰਮਲ ਏ ਨਾ ਇਹਨਾਂ ਦੁੱਖਾਂ ਨੂੰ ਕੱਟਣ ਵਾਲਾ ਏ ਇਹ ਸਾਰੇ ਸੰਸਾਰ ਦਾ ਇਲਾਜ ਹੀ ਆਖੋ ਸੀ ਗੁਰਪ੍ਰਸਾਦ ਕਹੇ ਜਨ ਪੀਖਨ ਪਾਵੋ ਮੋਖ ਦੁਆਰਾ ਕਹਿੰਦੇ ਨੇ ਭਾਈ ਭਗਤ ਭੀਖਣ ਜੀ ਕਹਿੰਦੇ ਨੇ ਇਹ ਗੁਰੂ ਕਿਰਪਾ ਕਰੇਗਾ ਮਹਾਂਪੁਰਸ਼ ਕਿਰਪਾ ਕਰਨਗੇ ਇਸ ਦਾ ਇਲਾਜ ਉਹਨਾਂ ਦੇ ਹੱਥ ਵਿੱਚ ਗੁਰੂ ਦੇ ਗੁਰੂ ਪ੍ਰਸਾਦ ਮਹਾਂਪੁਰਖਾਂ ਦੇ ਹੱਥ ਵਿੱਚ ਅਤੇ ਫਿਰ ਇਹ ਤੈਨੂੰ ਪ੍ਰਾਪਤ ਹੋਏਗਾ ਗੁਰਪ੍ਰਸਾਦ ਕਹੇ ਜਨ ਭੀਖਣ ਪਾਵੋ ਮੋਖ ਦੁਆਰਾ ਇਹ ਗੁਰੂ ਦੀ ਕਿਰਪਾ ਨਾਲ ਇਹ ਮੁਕਤੀ ਦਾ ਦੁਆਰਾ ਇਸ ਸੰਸਾਰ 'ਚੋਂ ਬੰਦਾ ਛੁੱਟ ਸਕਦਾ ਹੈ ਇਹਨਾਂ ਦੁੱਖਾਂ ਇਹਨਾਂ ਬਿਮਾਰੀਆਂ ਤੋਂ ਮੁਕਤੀ ਪਾ ਸਕਦਾ ਹੈ ਸਾਰੇ ਸੰਸਾਰ ਦਾ ਇਲਾਜ ਨਾਮ ਹੈ ਬਾਬਾ ਜੀ ਕਹਿਣ ਲੱਗੇ ਬਾਬਾ ਮਹਾਰਨਾਮ ਸਿੰਘ ਜੀ ਉਹ ਜਿਮੀਦਾਰ ਜੀ ਨੂੰ ਸਾਰੇ ਦੁੱਖ ਰੋਗ ਕਲੇਸ਼ ਬਿਮਾਰੀਆਂ ਆਦਿ ਵਿਆਦ ਉਪਾਦ ਬਾਬਾ ਜੀ ਦੇ ਚਰਨਾਂ 'ਚ ਆਇਆ ਜੀ ਮਹਾਰਾਜ ਜਿਨ੍ਹਾਂ ਤੋਂ ਪੈਸੇ ਲੈਣੇ ਆ ਬਿਲਕੁਲ ਨਹੀਂ ਮਿਲ ਰਹੇ ਜਿਨ੍ਹਾਂ ਦੇ ਦੇਣੇ ਆ ਦਿੱਤੇ ਨਹੀਂ ਜਾ ਰਹੇ ਘਰ ਵਿੱਚ ਬਿਮਾਰੀ 'ਤੇ ਬਿਮਾਰੀ ਤੁਰੀ ਆਉਂਦੀ ਹੈ ਬੜੀ ਮੁਸ਼ਕਲ ਬਣੀ ਹੈ ਇਹ ਕਲੇਸ਼ ਬਿਮਾਰੀ ਕਰਜ਼ੇ ਸਭ ਕੁਝ ਹੀ ਬਾਬਾ ਜੀ ਕਹਿੰਦੇ ਇੱਕ ਸਹਿਜ ਸਧਾਰਨ ਪਾਠ ਕਿਹਾ ਜਾਂਦਾ ਸੀ ਸਧਾਰਨ ਪਾਠ ਕਰਾ ਦੇ ਭਾਈ ਉਹਨੇ ਪਾਠ ਕਰਾਇਆ ਬਾਬਾ ਜੀ ਕੋਲ ਫਿਰ ਆਇਆ ਬਾਬਾ ਜੀ ਕਹਿੰਦੇ ਕਿਉਂ ਭਾਈ ਮਹਾਰਾਜ ਜੀ ਅੱਗੇ ਨਾਲੋਂ ਵੀ ਬਿਮਾਰੀ ਵੱਧ ਗਈ ਅੱਗੇ ਨਾਲੋਂ ਵੀ ਕਲੇਸ਼ ਵੱਧ ਗਿਆ ਹੈ ਬੜੀ ਮੁਸ਼ਕਲ ਬਣ ਗਈ ਕੋਈ ਲੈਣਾ ਦੇਣਾ ਕੋਈ ਨਹੀਂ ਹੋ ਰਿਹਾ ਪਾਠ ਕਰਾਉਣ ਦੇ ਨਾਲ ਹੋਰ ਤਕਲੀਫ ਤੰਗੀਆਂ ਆ ਗਈਆਂ ਬਾਬਾ ਜੀ ਕਹਿੰਦੇ ਪਾਠ ਨਾਲ ਤਾਂ ਤੰਗੀਆਂ ਦੂਰ ਹੁੰਦੀਆਂ ਇਹ ਤਾਂ ਕੰਮ ਹੀ ਕੋਈ ਹੋਰ ਹੋ ਗਿਆ ਹੈ ਜੀ ਕੀ ਹੋ ਗਿਆ ਮੈਂ ਤਾਂ ਪਾਠ ਕਰਾਇਆ
ਕਹਿੰਦੇ ਭਾਈ ਜਿਹਨੇ ਪਾਠ ਕੀਤਾ ਨਾ ਉਹ ਬੇਅਦਬੀਆਂ ਕਰ ਗਿਆ। ਉਸ ਪਾਠੀ ਸਿੰਘ ਨੂੰ ਸਾਡੇ ਕੋਲ ਲੈ ਕੇ ਆ। ਉਹ ਪਾਠੀ ਸਿੰਘ ਨੂੰ ਲੈ ਕੇ ਆਇਆ ਬਾਬਾ ਜੀ, ਕਹਿੰਦੇ ਬਈ ਇਹਦੇ ਘਰ ਤੂੰ ਪਾਠ ਕੀਤਾ ਹੈ? ਗ੍ਰੰਥੀ ਸਿੰਘ ਨੂੰ, ਹਾਂ ਮਹਾਰਾਜ ਮੈਂ ਕੀਤਾ। ਮੇਰੇ ਕੋਲ ਸਮਾਂ ਵੀ ਨਹੀਂ ਸੀ, ਪਾਠ ਹੋਰ ਪਾਸੇ ਰੱਖਿਆ ਸੀ, ਪਰ ਇਹਨੇ ਕਿਹਾ ਮੈਨੂੰ ਮਹਾਂਪੁਰਸ਼ਾਂ ਨੇ ਕਿਹਾ ਜ਼ਰੂਰੀ ਪਾਠ ਕਰਨਾ ਹੈ। ਫਿਰ ਮੈਂ ਤੁਹਾਡਾ ਹੁਕਮ ਕਰਕੇ ਮੋੜਿਆ ਨਹੀਂ ਅਤੇ ਮੈਂ ਪਾਠ ਕੀਤਾ ਬੜੀ ਮੁਸ਼ਕਲ ਨਾਲ। ਬਾਬਾ ਜੀ ਕਹਿੰਦੇ ਤੂੰ ਪਾਠ ਨਹੀਂ ਕੀਤਾ, ਤੂੰ ਕੀਤੀਆਂ ਬੇਅਦਬੀਆਂ। ਕਹਿੰਦਾ ਜੀ ਮੈਂ ਪਾਠ ਕੀਤਾ ਹੈ। ਬਾਬਾ ਜੀ ਕਹਿੰਦੇ ਫਿਰ ਇਹਦੇ ਕਿਉਂ ਬਿਮਾਰੀਆਂ ਨਹੀਂ ਗਈਆਂ? ਕਲੇਸ਼ ਨਹੀਂ ਗਿਆ? ਕਰਜ਼ੇ ਨਹੀਂ ਉਤਰੇ? ਪੈਸੇ ਲੈਣੇ ਦੇਣੇ ਠੀਕ ਨਹੀਂ ਹੋਏ? ਇਹਦਾ ਤਾਂ ਕੋਈ ਵੀ ਨਹੀਂ ਸੌ ਰਿਹਾ। ਕਹਿੰਦਾ ਜੀ ਮੈਂ ਪਾਠ ਕਰਤਾ, ਮੈਨੂੰ ਇਹਦੇ ਨਾਲ ਕੀ ਲੱਗੇ? ਕਹਿੰਦੇ ਭਾਈ ਤੈਨੂੰ ਪੂਜਾ ਲੈਣ ਦਾ ਹੱਕ ਨਹੀਂ ਜੇ ਇਹਦਾ ਕੰਮ ਨਾ ਹੋਵੇ। ਗ੍ਰੰਥੀ ਸਿੰਘ ਪੂਜਾ ਤਾਂ ਲਵੇ ਉਸ ਘਰ ਦੀ ਜੇ ਉਸ ਘਰ ਦਾ ਕਾਰਜ ਹੋਵੇ। ਬਾਬਾ ਜੀ ਕਹਿੰਦੇ ਪਾਠ ਦੇ ਹੁੰਦਿਆਂ ਹੀ ਹੋ ਜਾਂਦਾ ਇੰਨੀ ਇਹ ਕਰਾਮਾਤ, ਇੰਨੀ ਸਾਕਸ਼ਾਤ ਸ਼ਕਤੀ ਹੈ ਗੁਰਬਾਣੀ। ਹਰ ਕਾ ਨਾਮ ਔਖਦ ਜਗ ਜਲ ਨਿਰਮਲ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹੋ ਔਖਦ ਜਗ ਸਾਰਾ। ਭਾਈ ਇਹਦੇ ਨਾਲ ਹੁੰਦਾ ਹੈ। ਹੁਣ ਉਹ ਪੈਰਾਂ ਦੇ ਪਾਣੀ ਨਾ ਪੈਣ ਦੇਵੇ। ਬਾਬਾ ਜੀ ਕਹਿੰਦੇ ਤੇਰੀਆਂ ਗਲਤੀਆਂ ਕਾਰਨ ਨਹੀਂ ਹੋਇਆ। ਕਹਿੰਦਾ ਜੀ ਮੈਂ ਪਾਠ ਕਰਦਾ। ਬਾਬਾ ਜੀ ਕਹਿੰਦੇ ਨਾ ਤੂੰ ਇਸ਼ਨਾਨ ਕੀਤੇ, ਨਾ ਤੂੰ ਹੱਥ ਪੈਰ ਧੋਤੇ, ਨਾ ਤੂੰ ਮੁੱਖ ਟੱਕੇ, ਉੱਤੇ ਥੁੱਕਾਂ ਸਿੜਦਾ ਰਿਹਾ ਗੁਰੂ ਸਾਹਿਬ ਦੀ। ਪੈਰਾਂ ਨੂੰ ਹੱਥ ਲਾ ਲਿਆ, ਜਿੱਥੇ ਮਰਜ਼ੀ ਲਾ ਲਿਆ, ਗੁਰੂ ਸਾਹਿਬ ਨੂੰ ਲਾ ਤਾ, ਇੰਨੀਆਂ ਤੂੰ ਬੇਅਦਬੀਆਂ ਕਰਦਾ ਰਿਹਾ। ਕਹਿਣ ਲੱਗੇ ਫਿਰ ਤੂੰ 500 ਤੋਂ ਲੈ ਕੇ 700 ਤੱਕ ਇਕੱਠੇ ਪੱਤਰੇ ਪਲਟੇ ਆ, ਪਾਠ ਹੀ ਨਹੀਂ ਕੀਤਾ। ਮਹਾਂਪੁਰਖਾਂ ਨੂੰ ਇੰਨਾ ਵੀ ਪਤਾ ਹੈ ਕਿ ਪੈਰਾਂ ਨੂੰ ਹੱਥ ਲਾਉਂਦਾ ਰਿਹਾ, ਮੂੰਹ ਨੂੰ ਲਾਉਂਦਾ ਰਿਹਾ, ਮੂੰਹ ਨਹੀਂ ਢੱਕਦਾ ਰਿਹਾ, ਨਹਾਉਂਦਾ ਧੋਂਦਾ ਨਹੀਂ ਰਿਹਾ, ਬੇਅਦਬੀਆਂ ਹੀ ਕਰਦਾ ਰਿਹਾ ਗੁਰੂ ਸਾਹਿਬ ਦੀਆਂ। 200 ਇਕੱਠਾ ਅੰਗ ਪਲਟਿਆ, ਤੂੰ 500 ਤੋਂ ਲੈ ਕੇ ਜਦੋਂ ਮੱਧ ਦੀ ਅਰਦਾਸ ਕਰਨੀ ਸੀ ਤੂੰ 700 ਤੇ ਅਰਦਾਸ ਕਰਤੀ ਏ, 200 ਅੰਗ ਹੀ ਨਹੀਂ ਕੀਤਾ। ਕਹਿੰਦੇ ਅੱਗੇ ਫਿਰ ਤੂੰ 900 ਤੋਂ ਲੈ ਕੇ 1100 ਤੱਕ ਵੇਖਿਆ ਭੋਗ ਨਹੀਂ ਪਾਉਣਾ, ਫਿਰ ਤੂੰ 200 ਅੰਗ ਛੱਡਤਾ ਏ, ਫਿਰ 200 ਪੜੇ ਆ ਗਿਆ। ਜਦੋਂ ਬਾਬਾ ਜੀ ਨੇ ਅੰਗ ਗਿਣ ਕੇ ਦੱਸ ਦੇਣਾ ਵੀ ਇੱਥੋਂ ਤੋਂ ਇੱਥੋਂ ਛੱਡੇ, ਇੱਥੋਂ ਉਹ ਲੈ ਕੇ ਇੱਥੋਂ ਤੱਕ ਛੱਡੇ, ਬਸ ਫਿਰ ਉੱਥੇ ਪਾਣੀ ਪਾਣੀ ਹੋ ਗਿਆ। ਕਹਿੰਦੇ ਪਤਾ ਤੈਨੂੰ ਇਹ ਬੇਅਦਬੀਆਂ ਦਾ ਕੀ ਫਲ ਏ? ਅੱਜ ਤੂੰ ਗੁਰੂ ਸਾਹਿਬ ਦੀ ਗੁਰਬਾਣੀ ਦੇ ਅੰਗ ਪਿਆ ਛੱਡਦਾ ਏ, ਤੇ ਤੈਨੂੰ ਵੀ ਪਰਮੇਸ਼ੁਰ ਦੇ ਤੂੰ ਵੱਸ ਪੈਣਾ ਏ। ਜੇ ਤੇਰੇ ਹੱਥ ਨਾ ਲਾਵੇ ਪਰਮੇਸ਼ੁਰ, ਦੇ ਤੇਰੇ ਪੈਰ ਨਾ ਲਾਵੇ, ਤੈਨੂੰ ਅੰਨਾ ਜਵਾਵੇ, ਤੈਨੂੰ ਸੁਣਦਾ ਹੀ ਨਾ ਹੋਵੇ, ਤੇਰੇ ਅੰਗ ਪਰਮੇਸ਼ੁਰ ਵਿੱਚੋਂ ਕੱਟ ਦੇਵੇ, ਦੱਸ ਤੇਰਾ ਕੀ ਹਾਲ ਹੋਏਗਾ? ਤੂੰ ਮਨੁੱਖੀ ਜਾਮਾ ਦੁੱਖਾਂ ਨਾਲ ਭੋਗੇਂਗਾ, ਕਸ਼ਟ ਨਾਲ ਭੋਗੇਂਗਾ, ਤੇਰੇ ਅੰਗ ਹੀ ਨਹੀਂ ਹੈਗੇ। ਐਸੇ ਐਸੇ ਜੰਮਦੇ ਮਨੁੱਖ ਜਿਹਨਾਂ ਦੇ ਅੰਗ ਹੀ ਨਹੀਂ ਹੁੰਦੇ। ਜਦੋਂ ਤੂੰ ਉਹਦੇ ਵੱਸ ਪਿਆ ਭਾਈ, ਫਿਰ ਤੇਰੇ ਵੀ ਅੰਗ ਨਹੀਂ ਲਾਏ ਜਾਣੇ, ਤੇਰਾ ਵੀ ਇਹ ਹਾਲ ਹੋਣਾ ਹੈ। ਇਹੋ ਜਿਹੀਆਂ ਤੂੰ ਬੇਅਦਬੀਆਂ ਕਈ ਕੀਤੀਆਂ ਨੇ, ਨਹੀਂ ਹੁੰਦਾ ਤੇ ਦਿਹਾੜੀਆਂ ਕਰ ਲਾ ਭਾਈ, ਹੋਰ ਪਾਸੇ ਪੈਸੇ ਕਮਾ ਲਾ, ਗੁਰੂ ਸਪੇ ਪਾਪ ਤਾਂ ਨਾ ਚੱਕ। ਪਾਠ ਕਰਨਾ ਤੇ ਸ਼ੁੱਧ ਕਰਨਾ ਮਰਿਆਦਾ, ਨਾਲੇ ਮੈਂ ਥਾਂ ਥਾਂ ਨਹੀਂ ਭੱਜੇ ਫਿਰਨਾ ਇੱਧਰ ਵੀ ਉੱਧਰ ਵੀ। ਇੱਕ ਥਾਂ ਤੇ ਪਾਠ ਮਰਿਆਦਾ ਨਾਲ ਕਰਨਾ, ਪੂਰੀ ਮਰਿਆਦਾ ਰੱਖਣੀ, ਇਸ਼ਨਾਨ ਦੀ, ਬਸਤਰ ਸਾਫ, ਗੁਰੂ ਸਾਹਿਬ ਦੇ ਕੋਲ ਮੁੱਖ ਢੰਕ ਕੇ, ਗੁਰੂ ਸਾਹਿਬ ਦੀ ਪੂਰੀ ਸੇਵਾ ਹੋਵੇ, ਬਸਤਰ ਹੋਣ ਗੁਰੂ ਸਾਹਿਬ ਦੇ, ਸਮੇਂ ਨਾਲ ਗੁਰੂ ਸਾਹਿਬ ਦਾ ਆਰਾਮ ਹੋਵੇ, ਭੋਗ ਲਵਾਇਆ ਜਾਵੇ, ਪ੍ਰਗਟ ਗੁਰੂ ਨਾਨਕ ਸਮਝ ਕੇ। ਕਹਿੰਦੇ ਭਾਈ ਇਹਦੇ ਦੁੱਖ ਤਕਲੀਫਾਂ ਸਾਰੀਆਂ ਇੱਕ ਪਾਠ 'ਚ ਖਤਮ ਹੋਣੀਆਂ ਸੀ, ਤੂੰ ਨਹੀਂ ਕੀਤਾ, ਜਾ ਹੁਣ ਦੁਬਾਰਾ ਜਾ ਕੇ ਇਹਦੇ ਘਰ ਪਾਠ ਰੱਖ, ਜ਼ਿੰਦਗੀ 'ਚ ਇਹ ਪ੍ਰਣ ਕਰ ਲਾ ਮੈਂ ਕਦੀ ਬੇਅਦਬੀ ਨਹੀਂ ਗੁਰੂ ਦੀ ਕਰਾਂਗਾ, ਤੂੰ ਵੀ ਸੁਖੀ ਰਹੇਗਾ, ਜਿਹਦੇ ਪਾਠ ਹੋਏਗਾ ਉਹ ਵੀ ਸੁਖੀ ਰਹੇਗਾ, ਅਸੀਂ ਉੱਥੇ ਹੀ ਹੋਵਾਂਗੇ। ਕਹਿੰਦੇ ਜਦੋਂ ਪਾਠ ਕਰੇਗਾ ਜੇ ਕੀਤੀ ਗਲਤੀ ਤੇਰਾ ਡੱਕ ਉੱਥੇ ਹੀ ਵੜ ਦਿਆਂਗੇ। ਡਰ ਗਿਆ,
ਪਾਠ ਰੱਖਿਆ ਜਾ ਕੇ ਮਰਯਾਦਾ ਨਾਲ ਕੀਤਾ। ਬਿਮਾਰੀਆਂ ਪਤਾ ਨਹੀਂ ਕਿੱਧਰ ਉੱਡ ਗਈਆਂ ਨੇ, ਜਿਹੜੇ ਕਲੇਸ਼ ਪਏ ਸੀ ਸ਼ਾਂਤ ਹੋ ਗਏ। ਠੰਡ ਵਰਤ ਗਈ, ਠੰਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਿਵਾਰ। ਬਾਬਾ ਜੀ ਕੋਲ ਸਮਾਪਤੀ ਕਰਕੇ ਆਇਆ, ਬਾਬਾ ਜੀ ਤੁਹਾਡੀ ਮਿਹਰ ਕਿਰਪਾ ਹੋ ਗਈ, ਬਿਲਕੁਲ ਘਰ ਸ਼ਾਂਤੀ ਵਰਤ ਗਈ ਹੈ, ਬਿਮਾਰੀਆਂ ਪਤਾ ਹੀ ਨਹੀਂ ਕਿੱਧਰ ਨੂੰ ਚਲੀਆਂ ਗਈਆਂ ਨੇ। ਜਿੰਨੇ ਦਿਨ ਅਖੰਡ ਪਾਠ ਸਧਾਰਨ ਪਾਠ ਹੋਇਆ ਸੀ ਸੁਣਿਆ, ਬੈਠ ਕੇ ਸੇਵਾ ਕੀਤੀ, ਪਾਠੀ ਸਿੰਘ ਨੇ ਬੜੇ ਪ੍ਰੇਮ ਨਾਲ ਡਰ ਨਾਲ ਕੀਤਾ ਪਾਠ, ਅਤੇ ਪੈਸਿਆਂ ਦੇ ਕਰਜ਼ੇ ਦਾ ਕੰਮ ਠੀਕ ਨਹੀਂ ਹੋਇਆ। ਬਾਬਾ ਜੀ ਕਹਿੰਦੇ ਤੂੰ ਆਪਣੇ ਘਰ ਜਾ ਭਾਈ, ਪੈਸੇ ਦੇਣ ਵਾਲਾ ਬੰਦਾ ਤੇਰੇ ਘਰੇ ਬੈਠਾ ਹੈ। ਜਦੋਂ ਆਪਣੇ ਘਰ ਆਇਆ ਤਾਂ ਉਹ ਆਦਮੀ ਪਹਿਲੋ ਹੀ ਆਇਆ ਬੈਠਾ ਸੀ, ਜਿਹੜਾ ਕਈ ਚਿਰਾਂ ਤੋਂ ਮਾਇਆ ਦੇਣ ਦਾ ਨਾਂ ਹੀ ਨਹੀਂ ਲੈਂਦਾ ਸੀ। ਕਹਿੰਦਾ ਭਾਈ ਚੱਕ ਮਾਇਆ ਆਪਦੀ, ਮੇਰੇ ਸਿਰ 'ਤੇ ਬੜਾ ਬੋਝ ਸੀ ਤੇਰੀ ਮਾਇਆ ਦੇਣ ਦਾ, ਅੱਜ ਕਿਸੇ ਪਾਸਿਓ ਐਸੀ ਕਿਰਪਾ ਹੋ ਗਈ, ਇਹ ਮਾਇਆ ਮੈਨੂੰ ਮਿਲ ਗਈ, ਅਤੇ ਮੈਂ ਕਿਹਾ ਪਹਿਲੋ ਤੇਰੀ ਮਾਇਆ ਦੇ ਕੇ ਆਈਏ, ਤੇਰਾ ਪਾਰ ਲਾਈਏ, ਅਤੇ ਮੈਨੂੰ ਕਈ ਦਿਨਾਂ ਤੋਂ ਚੈਨ ਹੀ ਨਹੀਂ ਆ ਰਿਹਾ ਸੀ ਵੀ ਤੇਰੀ ਮਾਇਆ ਦੇਣੀ, ਤੇਰੀ ਮਾਇਆ ਦੇਣੀ, ਪਰ ਹੁਣ ਮਾਇਆ ਦਾ ਪ੍ਰਬੰਧ ਹੋ ਗਿਆ ਅਤੇ ਆਹ ਮਾਇਆ ਚੱਕ ਆਪਣੀ। ਉਹ ਕਹਿੰਦਾ ਹੈ ਭਾਈ ਇਹ ਸਾਰੀ ਕਿਰਪਾ ਮਹਾਂਪੁਰਖਾਂ ਦੀ, ਸਾਧੂਆਂ ਦੀ ਹੋਈ ਹੈ, ਜਿਨ੍ਹਾਂ ਨੇ ਗੁਰਮਰਯਾਦਾ ਗੁਰਪ੍ਰਸਾਦ ਕਿਰਪਾ ਕਰਕੇ ਮੇਰੀ ਝੋਲੀ 'ਚ ਪਾਇਆ ਹੈ। ਗੁਰਮਰਯਾਦਾ ਦੇ ਨਾਲ ਪਾਠ ਹੋਏ, ਸਿਮਰਨ ਹੋਏ, ਮੈਂ ਸਾਰੇ ਪਾਸਿਓ ਸੁਖੀ ਹੋ ਗਿਆ। ਜਦੋਂ ਘਰ ਆ ਗਏ ਮਾਇਆ ਜਿਹਦੇ ਦੇਣੇ ਸੀ ਦਿੱਤੇ, ਅਤੇ ਸੁੱਖ ਸ਼ਾਂਤੀ ਨਾਲ ਘਰ ਪਰਿਵਾਰ ਵੱਸਣ ਲੱਗਾ। ਬਾਬਾ ਜੀ ਕਹਿੰਦੇ ਸੀ ਭਾਈ ਇੱਕ ਸਧਾਰਨ ਪਾਠ ਘਰ ਦੇ ਦੁੱਖਾਂ ਤਕਲੀਫਾਂ ਦੀ ਨਿਵਿਰਤੀ ਲਈ ਬਹੁਤ ਵੱਡਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਘਰ ਦੀ ਸੁੱਖ ਸ਼ਾਂਤੀ ਲਈ, ਕਾਰੋਬਾਰ ਦੀ ਤਰੱਕੀਆਂ ਲਈ, ਹਰ ਕਾਰਜ ਨੂੰ ਸਿੱਧ ਕਰਨ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ, ਚਾਰ ਪੰਜ ਸਿੰਘ ਪਾਠ ਵੱਡੇ ਗ੍ਰੰਥੀ ਹੋਣ, ਚਾਰ ਪੰਜ ਛੋਟੇ ਹੋਣ, ਪਰਿਵਾਰ ਸਾਰਾ ਸੇਵਾ ਕਰੇ, ਧੂਪ ਸੁਗੰਧੀ ਨਾਰੀਅਲ ਜੋਤ ਹਰ ਸਮੱਗਰੀ ਰੱਖੀ ਜਾਵੇ, ਮਰਯਾਦਾ ਨਾਲ ਪਾਠ ਸ਼ੁਰੂ ਹੋਵੇ, ਮਰਯਾਦਾ ਨਾਲ ਭੋਗ ਪੈਣ, ਪਾਠੀ ਸਿੰਘ ਘਰੇ ਰਹਿਣ, ਅਤੇ ਤਿੰਨਾਂ ਦਿਨਾਂ ਦੇ ਵਿੱਚ ਤਿੰਨਾਂ ਲੋਕਾਂ ਦੇ ਸੁੱਖ ਮਿਲ ਜਾਂਦੇ। ਆਖੋ ਸੀ ਤਿੰਨ ਦਿਨਾਂ ਦੇ ਵਿੱਚ, ਇੱਕ ਦਿਨ ਰੱਖਣਾ, ਇੱਕ ਦਿਨ ਮਾਧੀ, ਤੀਜੇ ਦਿਨ ਭੋਗ, ਤਿੰਨ ਦਿਨਾਂ ਦੇ ਵਿੱਚ ਤਿੰਨ ਲੋਕਾਂ ਦੇ ਸੁੱਖ ਮਿਲਦੇ ਆ, ਅਤੇ ਤਿੰਨੇ ਤਾਪ ਨਿਵਾਰ ਪਰਮਾਤਮਾ ਨਿਵਾਰ ਦਿੰਦਾ ਹੈ। ਇਹ ਤਿੰਨ ਦਿਨਾਂ ਦੀ ਕਲਾ ਹੈ, ਜੇ ਕੋਈ ਸ੍ਰੀ ਅਖੰਡ ਪਾਠ ਸਾਹਿਬ ਕਰ ਲਵੇ। ਕਹਿਣ ਲੱਗੇ ਮਹਾਂਪੁਰਖੋ ਸੰਪੜ ਪਾਠ ਤਾਂ ਕਈਆਂ ਨੇ ਕੀਤੇ ਆ, ਅਖੰਡ ਪਾਠ ਬਹੁਤ ਹੋ ਰਹੇ ਨੇ, ਸੰਪੜ ਲਾ ਕੇ ਕਈ ਗੁਰਮੁਖਾਂ ਨੇ ਕੀਤੇ। ਉਦੋਂ ਸੰਪੜ ਵੱਡਾ ਹੁੰਦਾ ਸੀ, ਉਸ ਸਮੇਂ ਜਿਹੜਾ ਸੰਪੜ ਪਾਠ ਦਾ ਭੋਗ ਸੀ ਉਹ 11 ਦਿਨਾਂ 'ਚ ਪੈਂਦਾ ਸੀ, ਸੰਪੜ ਡਬਲ ਲੱਗਦਾ ਸੀ। ਮਹਾਂਪੁਰਸ਼ ਬਾਬਾ ਜੀ ਕਰਾਉਂਦੇ ਸੀ, ਵਿੱਚ ਸੱਤ ਸ਼ਬਦਾਂ ਦਾ ਸੰਪੜ ਲਵਾਉਂਦੇ ਸੀ ਪੁੱਛ ਵਾਲੇ ਮਹਾਰਾਜ ਜੀ। ਪਹਿਲੋਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਯੁਨੀ ਸੈਭੰ ਗੁਰ ਪ੍ਰਸਾਦ ਜਪ ਹਾਲ ਸਚ ਜੁਹਾਲ ਸਚ ਹੈ ਪੀ ਸਚ ਨਾਨਕ ਹੋਸੀ ਗੋਬਿੰਦੇ ਮਕੰਦੇ ਉਧਾਰੇ ਅਪਾਰੇ ਹਰਿਅੰ ਕਰਿਅੰ ਨਾਮੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਲ ਹਾਥ ਰਾਖੇ ਆਪਣੇ ਕੋ ਸਾਹ ਸਾਹ ਪ੍ਰਭ ਸਿਓ ਲਾਗ ਰਿਹੋ ਮੇਰਾ ਚੀਤ ਆਦਨ ਪ੍ਰਭ ਸਦਾ ਸਹਾਈ ਧਨ ਆਹੋ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਪ੍ਰਭੂਰਨ ਪਏ। ਇਹ ਤਿੰਨ ਸ਼ਬਦ ਨੇ, ਇਹਦੇ ਅੱਗੇ ਕੀ ਲੱਗਦਾ ਸੀ ਅੱਗੇ ਓਮ, ਇਹ ਵੀ ਇੱਕ ਸ਼ਬਦ ਹੈ, ਸੋਹੰ ਇਹ ਵੀ ਇੱਕ ਸ਼ਬਦ ਹੈ, ਇੰਨੇ ਵਿੱਚ ਹੀ ਸੰਪੂਰਨ ਨੇ ਜਿਵੇਂ ਵਾਹਿਗੁਰੂ। ਓਮ ਸੋਹੰ ਅਤੇ ਓਅੰਕਾਰ ਇਹ ਤਿੰਨ ਸ਼ਬਦਾਂ ਦੇ ਨਾਲ ਸੰਪੜ ਲੱਗਦਾ ਸੀ। ਤਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਹੈ ਪੁਰਾਤਨ ਯੁੱਗਾਂ ਦੇ ਆ। ਓਮ ਸੋਹੰ
ਜਿਹੜਾ ਜਾਪ ਇਹ ਵੀ ਪ੍ਰਾਤਨ ਹੈ ਉਹ ਅੰਗ ਵੀ ਜਿਵੇਂ ਹਿੰਦੂ ਓਮ ਕਹਿੰਦੇ ਆ ਇਹ ਉਹ ਅੰਗ ਇਹ ਉਸ ਓਮ ਦੇ ਨਾਲ ਮਿਲਦਾ ਜੁਲਦਾ ਹੈ ਉਹ ਅੰਗ ਸੋਹੰਗ ਅਤੇ ਉਹ ਓਅੰਕਾਰ ਦੱਖਣੀ ਓਅੰਕਾਰ ਤੀਰਥ ਓਅੰਕਾਰ ਹੈਗਾ ਹੈ ਓਅੰਕਾਰ ਈਸ਼ਵਰ ਓਅੰਕਾਰ ਦਾ ਸ਼ਬਦ ਤਿੰਨ ਸ਼ਬਦਾਂ ਦਾ ਇਹਨਾਂ ਦਾ ਪਾਠ ਓਅੰ ਸੋਹੰ ਓਅੰਕਾਰ ਫਿਰ ਦੁਬਾਰਾ ਲੱਗਦਾ ਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਲ ਸੱਚ ਜੁਗਾਲ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰਕਰਿੰਦ ਨਾਮੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਮਿਲ ਹਾਰ ਦੇ ਰਾਖੇ ਆਪਣੇ ਕੋ ਸਾਹ ਸਾਪ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦਮ ਪ੍ਰਭ ਸਦਾ ਸਹਾਈ ਧਨ ਰਹਾਉ ਮਨ ਬਿਲਾਸ ਪੈ ਸਾਹਿਬ ਕੇ ਅਜਰ ਦੇਖ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭੂਰਨ ਸਤਨਾਮ ਸ੍ਰੀ ਵਾਹਿਗੁਰੂ ਇਹ ਸੱਤ ਸੰਪੜ ਲੱਗਦੇ ਸੀ ਗਿਆਰਾਂ ਦਿਨਾਂ ਵਿੱਚ ਭੋਗ ਪੈਂਦਾ ਸੀ ਅਤੇ ਪਾਠੀ ਸਿੰਘ ਬੜੀ ਮੁਸ਼ਕਲ ਨਾਲ ਕਰਦੇ ਸੀ ਡਬਲ ਸੰਪੜ ਸੰਪੜ ਦਾ ਮਤਲਬ ਵੀ ਹੁੰਦਾ ਦੋ ਪਾਸੇ ਲੱਗੇ ਹੁਣ ਸਿੰਗਲ ਸੰਪੜ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਫਿਰ ਆਗਿਆ ਕੀਤੀ ਬਾਬਾ ਆਨੰਦ ਸਿੰਘ ਜੀ ਤੋਂ ਵੇਲੇ ਤੋਂ ਲੈ ਕੇ ਕਿ ਇੰਨਾ ਡਬਲ ਸੰਪੜ ਲਾਉਣਾ ਬੜਾ ਔਖਾ ਹੈ ਫਿਰ ਉਹਨਾਂ ਨੇ ਸਿੰਗਲ ਸੰਪੜ ਕਰਕੇ ਹੁਣ ਸੱਤ ਦਿਨਾਂ 'ਚ ਸੰਪੜ ਪਾਠ ਦਾ ਭੋਗ ਪੈਂਦਾ ਸਹੀ ਮਰਿਆਦਾ ਅਨੁਸਾਰ ਬਾਬਾ ਜੀ ਬਾਬਾ ਮਹਾਰਨਾਮ ਸਿੰਘ ਜੀ ਕਹਿਣ ਲੱਗੇ ਵੀ ਸਾਡੇ ਮਨ ਦਾ ਫੁਰਨਾ ਹੈ ਹਰ ਇੱਕ ਤਰ੍ਹਾਂ ਦੇ ਜਪ ਤਪ ਹੋ ਚੁੱਕੇ ਆ ਹਰ ਸ਼ਬਦ ਦੀ ਆਰਾਧਨਾ ਹੋ ਚੁੱਕੀ ਹੈ ਨਰਸਿੰਘ ਦੀ ਵੀ ਕੀਤੀ ਬਾਬਾ ਜੀ ਨੇ ਓਅੰ ਸੋਹੰਗ ਦੀ ਵੀ ਕੀਤੀ ਓਅੰਕਾਰ ਦੀ ਵੀ ਜਪਜੀ ਸਾਹਿਬ ਦੇ ਪਾਠਾਂ ਦੀ ਵੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਵੀ ਅਤੇ ਗੁਰੂ ਗੋਬਿੰਦ ਸਿੰਘ ਦੇ ਗਾਇਤਰੀ ਮੰਤਰ ਦੀ ਵੀ ਹੋਰ ਮੰਤਰਾਂ ਦੀ ਵੀ ਬਾਬਾ ਮਹਾਰਨਾਮ ਸਿੰਘ ਜੀ ਦੀ ਜਿਹੜੀ ਅੱਧੀ ਉਮਰ ਇਹਨਾਂ ਦੀਆਂ ਆਰਾਧਨਾ ਅਤੇ ਜਾਪ ਕਰਦੇ ਬਤੀਤ ਹੋਈ ਸੰਸਕ੍ਰਿਤ ਵੀ ਬਾਬਾ ਜੀ ਪੜ੍ਹੇ ਆਪਣੇ ਗੁਰੂ ਦੇ ਕੋਲੋਂ ਅਤੇ ਹਰ ਇੱਕ ਸ਼ਬਦ ਦੀ ਆਰਾਧਨਾ ਕੀਤੀ ਜੋ ਜੋ ਦਰਗਾਹੀ ਹੁਕਮ ਹੋਇਆ ਹਰ ਸ਼ਬਦ ਦੀ ਆਰਾਧਨਾ ਕਰਕੇ ਹਰ ਦਰਗਾਹੀ ਹੁਕਮ ਨੂੰ ਬਾਬਾ ਮਹਾਰਨਾਮ ਸਿੰਘ ਜੀ ਮੰਨਦੇ ਗਏ ਕਰਦੇ ਗਏ ਅਤੇ ਕਹਿਣ ਲੱਗੇ ਸਿਰਫ ਇੱਕ ਰਹਿ ਗਿਆ ਹੁਣ ਉਹ ਮਹਾਂਪੁਰਖੋ ਤੁਸੀਂ ਕਰ ਸਕਦੇ ਜੀ ਉਸ ਮਹਾਂਸੰਪੜ ਉਹ ਹੈ ਮਹਾਂਸੰਪੜ ਪਾਠ ਇਹ ਸਾਰੇ ਪਾਠ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਜ਼ੂਰ ਸਾਹਿਬ ਬੈਠ ਕੇ ਸੰਗਤਾਂ ਨੂੰ ਸਮਝਾਇਆ ਸਾਰੇ ਸੰਪੜ ਪਾਠ ਸਮਝਾਇਆ ਉਹਦਾ ਫਿਰ ਅੱਗੇ ਮਹਾਂਪੁਰਖਾਂ ਨੇ ਮੁਕਤ ਮਾਰਗ ਗ੍ਰੰਥ ਲਿਖਿਆ ਹੈ ਇਹ ਮੁਕਤ ਮਾਰਗ ਦੇ ਵਿੱਚ ਸਾਰੀਆਂ ਮਰਿਆਦਾ ਲਿਖੀਆਂ ਹੋਈਆਂ ਹੈ ਪਰ ਜਿਹੜਾ ਤੁਕ ਤੁਕ ਵਾਲਾ ਸੰਪੜ ਪਾਠ ਹੈ ਪੰਕਤੀ ਪੰਕਤੀ ਵਾਲਾ ਇਹ ਪਾਠ ਕਿਸੇ ਨੇ ਕੀਤਾ ਨਹੀਂ ਕਲਗੀਧਰ ਪਾਤਸ਼ਾਹ ਨੇ ਦੱਸਿਆ ਪਰ ਕਿਸੇ ਕੀਤਾ ਨਹੀਂ ਅਤੇ ਸਾਡੀ ਇੱਛਾ ਇਹ ਸਾਰਾ ਪਾਠ ਸੁਣਨ ਦੀ ਅਤੇ ਕਰ ਤੁਸੀਂ ਸਕਦੇ ਜੀ ਜਿਹੜਾ ਜਨਮ ਜਨਮ ਦਾ ਤਪੱਸਵੀ ਹੈ ਹਰ ਪੱਖੋਂ ਪੂਰਾ ਹੈ ਉਹੋ ਹੀ ਕਰ ਸਕਦਾ ਇਹਦੀ ਮਰਿਆਦਾ ਬੜੀ ਕਠਿਨ ਹੈ ਆਖੋ ਅਸੀਂ ਅਤੇ ਇਹਦਾ ਫਲ ਬਹੁਤ ਵੱਡਾ ਹੈ ਇਹ ਮਹਾਂਸੰਪੜ ਪਾਠ ਬਾਬਾ ਜੀ ਨੇ ਕਿਹਾ ਗਰੀਬ ਨਿਵਾਜ ਸਮਤ ਬਖਸ਼ੋ ਜਿਹੜੇ ਜਿਹੜੇ ਸੰਪੜ ਲਾਉਣੇ ਸੀ ਬਾਬਾ ਆਨੰਦ ਸਿੰਘ ਜੀ ਨੂੰ ਦੱਸੇ ਗਏ ਕਹਿੰਦੇ ਮਹਾਂਪੁਰਖ ਇਹਦੇ ਵਾਸਤੇ ਇਕਾਂਤ ਜਗ੍ਹਾ ਜੰਗਲ 'ਚ ਲੱਭੋ ਪਹਿਰਾ ਦੇਣਗੇ ਸ਼ਹੀਦ ਸਿੰਘ ਸ਼ੇਰ ਪਹਿਰੇ 'ਤੇ ਆਣ ਕੇ ਖੜੇਗਾ ਅਤੇ ਇਹਦਾ ਪ੍ਰਸ਼ਾਦਾ ਜਿਹੜਾ ਹੈ ਉਹ ਗੁਰਸਿੱਖ ਬਣਾਵੇ ਜਿਹੜਾ ਤੁਹਾਨੂੰ ਪਤਾ ਮਰਿਆਦਾ ਵਾਲੇ ਆ ਨਿਤਨੇਮ ਵਾਲੇ ਆ ਆਪਣੀ ਕਿਰਤ ਕਮਾਈ ਕਰਕੇ ਖਾਂਦੇ ਆ ਗੁਰੂ ਦੀ ਸਿੱਖੀ ਨੂੰ ਪਾਲਦੇ ਆ ਗੁਰਮੁਖਾਂ ਦੇ ਹੱਥ ਦਾ ਨਾਮ ਜਪਣ ਵਾਲਿਆਂ ਦੇ ਹੱਥ ਦਾ ਪ੍ਰਸ਼ਾਦਾ ਹੋਵੇ ਉਹ ਭੋਗ ਲਵਾ ਕੇ ਛਕਣਾ ਇੱਕ ਟਾਈਮ ਹੀ ਪ੍ਰਸ਼ਾਦਾ ਛਕਣਾ ਅਤੇ ਇਹ ਪਾਠ ਜਿਹੜਾ ਜੰਗਲ ਦੇ ਵਿੱਚ ਗੁਫਾ ਬਣਾ ਕੇ ਪਾਠ ਕਰਨਾ ਜਿੱਥੇ ਕੋਈ ਆਵੇ ਨਾ ਸ਼ੇਰ ਪਹਿਰਾ ਦੇਣਗੇ ਇਹਦੇ 'ਤੇ ਸ਼ਕਤੀਆਂ ਖੜੀਆਂ ਹੋਣਗੀਆਂ ਕੋਈ ਨੇੜੇ ਨਹੀਂ ਆ ਸਕੇਗਾ ਅਤੇ ਸਾਲ ਤੋਂ ਵੱਧ ਵੀ ਸਮਾਂ ਲੱਗ ਸਕਦਾ ਇਹਨੂੰ ਕਰਨ ਵਾਸਤੇ ਰੋਜ਼ ਕਈ ਘੰਟੇ ਲੱਗਣਗੇ
ਬਾਬਾ ਜੀ ਨੇ ਉਸ ਸਮੇਂ ਹੁਣ ਆਪਾਂ ਇੰਨੇ ਸ਼ਬਦਾਂ ਦਾ ਲਾਉਣੇ ਆ, ਉਸ ਸਮੇਂ ਕੋਈ ਸ਼ਬਦ ਹੋਰ ਵੀ ਸੀ ਜਿਹੜੇ ਬਾਬਾ ਜੀ ਨੇ ਦਿੱਤੇ। ਮਹਾਂ ਸੰਪੜ ਪਾਠ ਬਾਬਾ ਆਨੰਦ ਸਿੰਘ ਜੀ ਨੂੰ ਸਮਝਾਇਆ, ਕਹਿੰਦੇ ਮਹਾਂਪੁਰਖੋ ਜਿੱਥੇ ਤੁਸੀਂ ਗੁਫਾ ਬਣਾਓਗੇ, ਜਿੱਥੇ ਪਾਠ ਕਰੋਗੇ, ਅਸੀਂ ਰੋਜ਼ ਜਾ ਕੇ ਬੈਠ ਕੇ ਸੁਣਾਂਗੇ। ਆਖੋ ਸੀ ਇਹ ਪਾਠ ਸੰਪੂਰਨ ਸੁਣਾਂਗੇ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਸਾਰੀਆਂ ਪਦਵੀਆਂ ਕਦੋਂ ਪ੍ਰਾਪਤ ਹੋਈਆਂ? ਪਿੱਛੋਂ ਵਾਲਿਆਂ ਕੋਲ ਆ ਕੇ। ਅਤੇ ਤਪ ਕਿੰਨਾ ਸੀ? 100 ਜਨਮ ਦਾ ਤਪ ਸੀ ਪਿੱਛੇ। 7 ਜਨਮ ਤਾਂ ਸਿਰਮੋਰ ਬਾਬਾ ਜੀ ਨੇ ਆਪ ਗਿਣਾਏ ਸੀ, ਆਪਦੇ ਦੱਸੇ ਸੀ ਵੀ ਆਹ ਵੀ ਸਾਡਾ ਸੀ ਜਨਮ, ਆਹ ਵੀ ਸਾਡਾ ਸੀ। ਹੁਣ ਇਸ ਜਨਮ 'ਚ ਗੁਰੂ ਨਾਨਕ ਮਿਲਿਆ ਹੈ। ਗੁਰੂ ਨਾਨਕ ਨੇ ਸਾਰਾ ਸੰਪੂਰਨ ਕੀਤਾ ਹੈ। ਜਦੋਂ ਪੂਰੀ ਪਏਗੀ ਆਣ ਕੇ ਗੁਰੂ ਨਾਨਕ ਕੋਲ ਹੀ ਪਏਗੀ। ਜਿੱਥੇ ਮਰਜ਼ੀ ਕੋਈ ਸਾਧਨਾ ਤਪ ਕਰ ਲਵੇ, ਸਭ ਦੇ ਫਲੇ, ਸਾਰੇ ਦੇਵੀ ਦੇਵਤਿਆਂ ਦੀ ਆਰਾਧਨਾ ਕਰਨ ਦੇ ਫਲ ਨੇ, ਪਰ ਪੂਰੀ ਨਹੀਂ ਪੈਂਦੀ। ਪੂਰੀ ਉਹਨਾਂ ਦੀ ਪੈਂਦੀ ਜਿਹੜੇ ਧੰਨ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਜਾਂਦੇ ਆ ਅਤੇ ਗੁਰਸਿੱਖੀ ਧਾਰਨ ਕਰਦੇ ਆ। ਇਹ ਪੂਰਾ ਗੁਰੂ ਹੈ, ਪੂਰਾ ਪ੍ਰਭ, ਪੂਰਾ ਪ੍ਰਭ ਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਬਾਬਾ ਜੀ ਫਿਰ ਗਏ ਪਾਕਿਸਤਾਨ ਦੀ ਧਰਤੀ ਜਿਹੜੀ ਅੱਜ ਕੱਲ੍ਹ, ਉੱਥੇ ਇੱਕ ਬੜਾ ਭਾਰੀ ਹੜੱਪੇ ਦਾ ਜੰਗਲ ਸੀ, ਜਿਸ ਜੰਗਲ ਦੇ ਵਿੱਚ ਸ਼ੇਰ ਵੀ ਸੀ। ਉਸ ਜੰਗਲ ਦੇ ਵਿੱਚ ਬਾਬਾ ਜੀ ਨੇ ਆਪਣੀ ਗੁਫਾ ਬਣਾਈ, ਸੰਗੀਆਂ ਨੂੰ ਲੈ ਕੇ ਉਹਦੀ ਛੱਤ ਪਾਈ, ਮਿੱਟੀ 'ਚ ਪੱਟ ਕੇ ਉੱਤੇ ਛੱਤ ਪਾਉਣੀ, ਉਹ ਵੀ ਛੇਤੀ ਬਣ ਜਾਂਦੀ। ਕੁਝ ਥੋੜ੍ਹਾ ਜਿਹਾ ਉੱਤੋਂ ਧਰਤੀ ਤੋਂ ਉੱਚਾ ਰੱਖ ਕੇ ਅਤੇ ਕੱਚੀ ਥੱਲੇ ਗੁਫਾ ਮਿੱਟੀ ਦੇ ਵਿੱਚ, ਉੱਪਰ ਕਾਨਿਆਂ ਦੀ ਛੱਤ ਏ ਥੋੜ੍ਹਾ ਜਿਹਾ ਧਰਤੀ ਤੋਂ ਉੱਚੀ। ਉਸ ਗੁਫਾ ਦੇ ਵਿੱਚ ਅੱਗੇ ਜਿਹੜਾ ਫਾੜ ਕੇ, ਉਹ ਵੀ ਕੱਖਾਂ ਤੀਲੀਆਂ ਕਾਨਿਆਂ ਦਾ ਫਾੜ ਕੇ, ਉਹਦੇ ਵਿੱਚ ਬਾਬਾ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਆਸਣ ਲਾਇਆ ਪੁੱਛੋ ਵਾਲੇ ਮਹਾਰਾਜ ਜੀ ਵਾਸਤੇ, ਅਰਦਾਸ ਕੀਤੀ ਪ੍ਰਸ਼ਾਦ ਦੇ ਨਾਲ। ਅਰਦਾਸ ਕਰਕੇ ਬਾਬਾ ਮਹਾਰਨਾਮ ਸਿੰਘ, ਬਾਬਾ ਆਨੰਦ ਸਿੰਘ ਜੀ ਨੇ ਪ੍ਰਸ਼ਾਦ ਸ਼ੁਰੂ ਕੀਤਾ, ਪਾਠ ਸ਼ੁਰੂ ਕੀਤਾ ਹੈ। ਰੋਜ਼ ਹੁਕਮ ਸੀ ਵੀ 3-4 ਘੰਟੇ ਸਵੇਰੇ, 3-4 ਘੰਟੇ ਸ਼ਾਮ ਨੂੰ ਕਰਨਾ ਹੈ। ਸੰਪੜ ਲੱਗਦਾ, ਦਿਮਾਗ ਦਾ ਜ਼ੋਰ ਲੱਗਦਾ ਹੈ, ਅਤੇ 6-7 ਘੰਟੇ, 8 ਘੰਟੇ ਰੋਜ਼ ਪਾਠ ਕਰਨਾ ਹੈ। ਅਤੇ ਅਸੀਂ ਦੋਨੋਂ ਟਾਈਮ ਹੀ ਬਹਿ ਕੇ ਸੁਣਾਂਗੇ। ਹੁਣ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਪਾਠ ਸ਼ੁਰੂ ਕੀਤਾ ਹੈ। ਬਾਬਾ ਜੀ ਦੇ ਕਿਰਤੀ ਗੁਰਸਿੱਖ ਸਰੈਣ ਸਿੰਘ, ਖੁਸ਼ਹਾਲ ਸਿੰਘ ਦੋ ਭਰਾ ਸੀ, ਜਿਨ੍ਹਾਂ ਦੇ ਪਿੱਛੇ ਪਾਕਿਸਤਾਨ ਦੇ ਪਿੰਡ ਟਿੱਬੀਆਂ, 12 ਟਿੱਬੀਆਂ, ਜਿੱਥੇ ਨਾਲ ਹੀ ਸਾਡਾ ਪਿੰਡ ਸੀ ਪਿਛਲਾ, ਨਾਲ ਹੀ ਬਾਬਾ ਕੁੰਦਨ ਸਿੰਘ ਜੀ ਦਾ ਗੱਜਣ ਸਿੰਘ ਵਾਲਾ ਸੀ। 12 ਟਿੱਬੀਆਂ ਦੇ ਵਿੱਚ ਸਾਡੇ ਪਿੰਡ ਦਾ ਨਾਂ ਹੀ ਟਿੱਬੀ ਸੀ, ਭਾਗੋ ਕੀ ਟਿੱਬੀ ਕਹਿ ਦਿੰਦੀ ਸੀ, ਇਹਨੂੰ ਟਿੱਬੀ ਕਹਿ ਕੇ ਬੁਲਾਉਂਦੇ ਸੀ। ਅਤੇ ਜਿਹੜਾ ਸਰੈਣ ਸਿੰਘ ਖੁਸ਼ਹਾਲ ਸਿੰਘ ਦਾ ਸੀ, ਇਹਨਾਂ ਦੇ ਵੱਡੇ ਸਰਦਾਰ ਵੀਰ ਸਿੰਘ ਨੇ ਵਸਾਇਆ ਸੀ, ਇਹਨੂੰ ਝੁੱਗੀਆਂ ਕਹਿੰਦੇ ਸੀ, ਇਸ ਪਿੰਡ ਨੂੰ ਝੁੱਗੀਆਂ ਕਹਿੰਦੇ ਸੀ। ਅਤੇ ਬਾਅਦ ਵਿੱਚ ਇਹਦਾ ਨਾਂ ਵੀਰ ਸਿੰਘ ਵਾਲਾ ਹੋਇਆ। ਇਹ ਵੀਰ ਸਿੰਘ ਵਾਲੇ ਤੋਂ ਦੋ ਭਰਾ ਸਰਦਾਰ ਸਰੈਣ ਸਿੰਘ ਅਤੇ ਖੁਸ਼ਹਾਲ ਸਿੰਘ ਪੁੱਛੋ ਵਾਲਿਆਂ ਦੇ ਵੀ ਸੇਵਕ ਨੇ। ਧੰਨ ਬਾਬਾ ਆਨੰਦ ਸਿੰਘ ਜੀ ਤੋਂ ਬੜੀ ਭਾਵਨਾ ਅਤੇ ਕੀਰਤਨ ਵੀ ਕਰ ਲੈਂਦੇ, ਕਿਰਤ ਕਮਾਈ ਕਰਦੇ ਹਾਂ। ਇਹ ਉੱਥੋਂ ਪ੍ਰਸ਼ਾਦਾ ਬਣਾ ਕੇ ਇੱਕ ਪੌਣੇ 'ਚ ਬੰਨ ਕੇ ਭੇਜਦੇ ਆ। 80 ਕਿਲੋਮੀਟਰ 'ਤੇ ਜਾ ਕੇ ਉਹ ਸਟੇਸ਼ਨ ਆਉਂਦਾ ਹੈ, ਉਸ ਸਟੇਸ਼ਨ ਤੋਂ ਇੱਕ ਟਾਂਗੇ ਵਾਲੇ ਦੀ ਡਿਊਟੀ ਹੈ, ਗੁਰਮੁਖ ਆਦਮੀ ਹੈ, ਉਹ ਟਾਂਗੇ ਵਾਲਾ ਜਾ ਕੇ ਜੰਗਲ 'ਚ ਪ੍ਰਸ਼ਾਦਾ ਫੜਾ ਕੇ ਆਉਂਦਾ। ਸਾਰ ਸਰੈਣ ਸਿੰਘਾਂ ਨੇ ਟਾਂਗੇ ਵਾਲੀ ਡਿਊਟੀ ਲਾਈ, ਇੱਧਰੋਂ ਉੱਥੋਂ ਤੱਕ ਪਹੁੰਚਣ ਦੀ ਪ੍ਰਸ਼ਾਦਾ ਇੱਕ ਬੰਦੇ ਦੀ ਡਿਊਟੀ ਲਾਈ, ਉਹ ਸਟੇਸ਼ਨ ਤੋਂ ਦੂਜੀ ਗੱਡੀ ਵਾਪਸ ਆ ਜਾਂਦਾ ਹੈ, ਦੇ ਕੇ ਪੌਣੇ 'ਚ ਬੰਨ ਕੇ ਪ੍ਰਸ਼ਾਦਾ। ਉੱਧਰੋਂ ਟਾਂਗੇ ਵਾਲਾ ਅੱਗੇ ਜਾ ਕੇ ਬਾਬਾ ਜੀ ਜਿੱਥੇ ਤਪ ਕਰਦੇ ਨੇ, ਇੱਕ ਰੋਸ਼ਨਦਾਨ ਰੱਖਿਆ, ਉਹਦੇ ਵਿੱਚ ਪ੍ਰਸ਼ਾਦਾ ਰੱਖ ਆਉਂਦਾ ਹੈ। ਉੱਥੋਂ ਬਾਬਾ ਜੀ ਚੱਕ ਕੇ ਉਹਦੀ ਗੁਰਸਾਹਿਬ ਨੂੰ ਭੋਗ ਲਵਾ ਕੇ ਅਤੇ ਉਹ ਛਕਦੇ ਆ। 80 ਮੀਲਾਂ ਤੋਂ ਪ੍ਰਸ਼ਾਦਾ ਹੁੰਦਾ,
ਤੇ ਬਾਬਾ ਮਾਂ ਹਰਨਾਮ ਸਿੰਘ ਜੀ ਸਵੇਰੇ 3 ਘੰਟੇ ਦਰਵਾਜ਼ਾ ਬੰਦ ਕਰ ਦਿੰਦੇ ਨੇ, 3-4 ਘੰਟੇ ਸ਼ਾਮ ਨੂੰ ਭਾਈ ਕਿਸੇ ਨੇ ਸਾਡਾ ਦਰਵਾਜ਼ਾ ਨਹੀਂ ਖੋਲ੍ਹਣਾ। ਹੁਣ 3-4 ਘੰਟੇ ਅੰਮ੍ਰਿਤ ਵੇ ਸਵੇਰੇ 3-4 ਘੰਟੇ ਸ਼ਾਮ ਨੂੰ ਸੰਗਤਾਂ ਦਰਸ਼ਨ ਕਰਨ ਵਾਲੀਆਂ ਬੈਠੀਆਂ ਰਹਿੰਦੀਆਂ, ਬੇਨਤੀ ਕਰਨ ਵਾਲੇ ਗੁਰਮੁਖ ਪਿਆਰੇ ਸੇਵਾਦਾਰ ਆਗਿਆ ਲੈਣ ਵਾਲੇ ਬੈਠੇ ਰਹਿੰਦੇ ਆ। ਅਤੇ ਵੀ ਬਾਬਾ ਜੀ ਨੇ ਨਵੀਂ ਲੀਲਾ ਸ਼ੁਰੂ ਕਰਤੀ। 4-4 ਘੰਟੇ ਸਵੇਰੇ ਸ਼ਾਮ ਦਰਵਾਜ਼ਾ ਬੰਦ ਹੋ ਜਾਂਦਾ, ਅਸੀਂ ਤਾਂ ਖੜ੍ਹੇ ਰਹਿੰਦੇ ਹਾਂ। ਇਹ ਕਈ ਦਿਨ ਪ੍ਰੋਗਰਾਮ ਚੱਲਿਆ, ਫਿਰ ਸਾਰੀ ਸੰਗਤ ਇਕੱਠੀ ਹੋ ਕੇ ਸੇਵਾਦਾਰੇ ਬਾਬਾ ਜੀ ਇਹ ਤੁਹਾਡੀ ਕੀ ਲੀਲਾ ਹੈ ਅਤੇ ਕਿੰਨਾ ਕੁ ਚਿਰ ਚੱਲੇਗੀ, ਅਸੀਂ ਤਾਂ ਆਗਿਆ ਲੈਣ ਤੋਂ ਬੈਠੇ ਰਹਿੰਦੇ ਹਾਂ, ਸੰਗਤਾਂ ਦਰਸ਼ਨਾਂ ਤੋਂ ਬੈਠੀਆਂ ਰਹਿੰਦੀਆਂ, ਅਤੇ ਕਿਰਪਾ ਕਰੋ ਇਹ ਤੁਹਾਡੀ ਲੀਲਾ ਕੀ ਹੈ। ਬਾਬਾ ਜੀ ਕਹਿੰਦੇ ਲੀਲਾ ਇਹ ਕਿ ਰਿਸ਼ੀ ਜੀ ਬਾਬਾ ਆਨੰਦ ਸਿੰਘ ਜੀ ਨੇ ਇੱਕ ਉਹ ਪਾਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭਿਆ ਹੈ ਹੜੱਪੇ ਦੇ ਜੰਗਲ ਦੇ ਵਿੱਚ, ਜਿਹੜਾ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਸੀ ਪਰ ਅੱਜ ਤੱਕ ਕਿਸੇ ਨੇ ਕੀਤਾ ਨਹੀਂ। ਉਹ ਪਾਠ ਆਰੰਭ ਕੀਤਾ ਰਿਸ਼ੀ ਜੀ ਨੇ ਮਰਜ਼ਾਦਾ ਦੇ ਨਾਲ, ਅਤੇ ਸਾਡਾ ਬਚਨ ਹੀ ਅਸੀਂ 3-4 ਘੰਟੇ ਸਵੇਰੇ ਅਤੇ ਇੰਨਾ ਹੀ ਸਮਾਂ ਸ਼ਾਮ ਨੂੰ ਪਾਠ ਸੁਣਦੇ ਹਾਂ, ਜਾ ਕੇ ਬਹਿੰਦੇ ਹਾਂ, ਫਿਰ ਰਿਸ਼ੀ ਜੀ ਪਾਠ ਸ਼ੁਰੂ ਕਰਦੇ ਆ। ਕਹਿੰਦੇ ਬਾਬਾ ਜੀ ਫਿਰ ਕਿੰਨਾ ਕੁ ਸਮਾਂ ਲੱਗੇਗਾ? ਕਹਿੰਦੇ ਸਮਾਂ ਤਾਂ ਸਾਲ ਦੇ ਨੇੜੇ ਲੱਗ ਜਾਏਗਾ, 1 ਸਾਲ ਦੇ ਕਰੀਬ ਸਮਾਂ ਲੱਗ ਜਾਏਗਾ। ਕਹਿੰਦੇ ਜੀ ਫਿਰ ਸਾਡਾ ਕੀ ਬਣੇਗਾ? ਸੰਗਤ ਕਹਿਣ ਲੱਗੀ। ਬਾਬਾ ਜੀ ਕਹਿੰਦੇ ਥੋੜ੍ਹੀ ਜਿਹੀ ਵਿਚਾਰ ਵਿੱਚ ਚਲੇ ਗਏ, ਥੋੜ੍ਹਾ ਜਿਹਾ ਸਮਾਂ ਚੁੱਪ ਰਹਿ ਕੇ ਬਾਬਾ ਮਾਂ ਹਰਨਾਮ ਸਿੰਘ ਜੀ ਬੋਲੇ, ਕਹਿੰਦੇ ਚਲੋ ਭਾਈ ਠੀਕ ਹੈ, ਅਸੀਂ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰ ਲਾ ਕਰਾਂਗੇ, ਉੱਥੇ ਵੀ ਚਲੇ ਜਾਵਾਂਗੇ, ਹੁਣ ਦਰਵਾਜ਼ਾ ਬੰਦ ਨਹੀਂ ਕਰਾਂਗੇ। ਉੱਥੇ ਵੀ ਜਾ ਕੇ ਸ਼੍ਰਵਣ ਕਰਾਂਗੇ। ਫਿਰ ਬਾਬਾ ਆਨੰਦ ਸਿੰਘ ਜੀ ਤਕਰੀਬਨ 1916 ਦੇ ਵਿੱਚ ਇਹਦੇ 'ਤੇ 1 ਸਾਲ ਪਾਠ 'ਤੇ ਲੱਗਿਆ। ਫਿਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਭੋਗ ਪਾ ਕੇ ਧੰਨ ਬਾਬਾ ਮਾਨ ਨਾਮ ਸਿੰਘ ਜੀ ਕੋਲ ਆਏ, ਫਿਰ ਪੂਰੇ ਰੁਤਬੇ ਪੂਰੇ ਦਰਜੇ ਪੂਰਾ ਸਭ ਕੁਝ ਬਾਬਾ ਆਨੰਦ ਸਿੰਘ ਜੀ ਨੂੰ ਬਾਬਾ ਜੀ ਨੇ ਬਚਨ ਕੀਤੇ, ਹੁਣ ਸਭ ਕੁਝ ਹੀ ਘਰ ਵਿੱਚ ਆ ਗਿਆ, ਸਭ ਕੁਝ ਹੀ ਪ੍ਰਾਪਤ ਹੋ ਗਿਆ ਹੈ, ਅਤੇ ਤੁਹਾਡੀ ਪਿੱਛੋਂ ਦਰਗਾਹੀ ਡਿਊਟੀ ਲੱਗੀ ਹੋਈ ਹੈ। ਆਖੋ ਸ੍ਰੀ ਵਾਹਿਗੁਰੂ ਜੀ। ਇਹ ਕਲਗੀਧਰ ਪਾਤਸ਼ਾਹ ਨੇ 5 ਮਹਾਂਪੁਰਖਾਂ ਦੀ ਡਿਊਟੀ ਲਾਈ ਸੀ, ਇਸ ਸਾਰੀ ਜਿਹੜੀ ਮਰਜ਼ਾਦਾ ਗੁਰੂ ਨਾਨਕ ਸਾਹਿਬ ਨੇ ਚਲਾਈ, 10 ਗੁਰੂਆਂ ਨੇ ਚਲਾਈ, ਉਹ ਘੱਲੂਘਾਰਿਆਂ ਲੜਾਈਆਂ ਦੇ ਵਿੱਚ ਉਹ ਸਾਰੀ ਮਰਜ਼ਾਦਾ ਖਤਮ ਹੋ ਚੁੱਕੀ ਹੈ, ਗੁਪਤ ਹੋ ਗਈ ਹੈ। ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਮਰਜ਼ਾਦਾ ਕਥਾ ਕੀਰਤਨ ਦੀ ਹੁਣ ਮਹਾਂਪੁਰਖੋ ਤੁਹਾਡੀ ਡਿਊਟੀ ਹੈ। ਇਹ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ 5 ਮਹਾਂਪੁਰਖਾਂ ਦੀ 100 ਸਾਖੀ ਵਿੱਚ ਲਿਖਿਆ ਹੋਇਆ ਹੈ। ਦੇਵਾ ਸਿੰਘ, ਅਤਰ ਸਿੰਘ ਸੂਰਾ, ਦੇਵਾ ਸਿੰਘ ਅਤੇ ਅਤਰ ਸਿੰਘ ਦੋ ਮਹਾਂਪੁਰਖ, ਕਰਮ ਸਿੰਘ, ਰਾਮ ਸਿੰਘ ਪੂਰਾ, ਇਹ ਦੋ ਮਹਾਂਪੁਰਖ ਕਰਮ ਸਿੰਘ ਅਤੇ ਰਾਮ ਸਿੰਘ ਮਹਾਂਪੁਰਖ ਨਾਮਧਾਰੀਆਂ ਦੇ ਹੋਏ ਨੇ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਹੋਏ ਨੇ, ਇਹ 4 ਮਹਾਂਪੁਰਖ। ਦੇਵਾ ਸਿੰਘ ਮਹਾਂਪੁਰਖ ਨਿਰਮਲੇ ਸਾਧੂ ਹੋਏ ਆ, ਅਤਰ ਸਿੰਘ ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਮਸਤੂਆਣੀ ਵਾਲੇ ਹੋਏ ਆ, ਨਾਮ ਕਰਕੇ 4 ਅਤਰ ਸਿੰਘ ਮਹਾਂਪੁਰਖ ਹੋਏ ਨੇ। ਸੰਤ ਬਾਬਾ ਅਤਰ ਸਿੰਘ ਜੀ ਘੁੰਸਾਂ ਵਾਲੇ, ਸੰਤ ਬਾਬਾ ਅਤਰ ਸਿੰਘ ਜੀ ਅਤਲੇ ਵਾਲੇ, ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, 4 ਮਹਾਂਪੁਰਸ਼ 1 ਸਮੇਂ 'ਤੇ ਹੋਏ ਆ, ਅਤੇ 4 ਨੇ ਕਿਹਾ ਸੀ ਆਪਾਂ ਇਕੱਠੇ ਹੀ ਜਾਣਾ ਸੰਸਾਰ ਤੋਂ। ਜਦੋਂ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੀ ਸੁਣੀ, ਘੁੰਸਾਲੇ ਮਹਾਂਪੁਰਖਾਂ ਨੇ ਸਰੀਰ ਛੱਡਦਾ, ਜਦੋਂ ਅਤਲੇ ਵਾਲਿਆਂ ਨੇ ਸੁਣਿਆ ਉਹਨਾਂ ਨੇ ਸਰੀਰ ਛੱਡਤਾ ਕਿ ਮਹਾਂਪੁਰਖ ਚਲੇ ਗਏ ਨੇ, ਜਦੋਂ ਰੇਰੂ ਸਾਹਿਬ ਵਾਲਿਆਂ ਨੇ ਸੁਣਿਆ ਉਹਨਾਂ ਨੇ ਸਰੀਰ ਛੱਡਤਾ। 4 ਮਹਾਂਪੁਰਖਾਂ ਨੇ ਜੇ ਸਾਡੇ ਉਹ ਮਹਾਂਪੁਰਖ ਚਲੇ ਗਏ ਤਾਂ ਹੁਣ ਅਸੀਂ ਵੀ ਚੱਲੇ ਹਾਂ। 4 ਮਹਾਂਪੁਰਸ਼ 1 ਸਮੇਂ ਹੀ ਸੰਸਾਰ ਤੋਂ ਗਏ, ਸੰਤ ਬਾਬਾ ਅਤਰ ਸਿੰਘ ਜੀ ਅਤਲੇ ਵਾਲੇ, ਸੰਤ ਬਾਬਾ ਅਤਰ ਸਿੰਘ ਜੀ ਘੁੰਸਾਂ ਵਾਲੇ,
संत बाबा अतर सिंह जी रेरू साहब वाले, संत बाबा अतर सिंह जी मस्तुआणे वाले, ये चारे महापुरश जदो धन बाबा ईश्वर सिंह जी महाराज होया, बाबा ईश्वर सिंह जी नानसर कलेरां वाले, बाबा ईश्वर सिंह जी पुचो साहब वाले, वो भी उस समय होए ने, बाबा ईश्वर सिंह जी निर्मले महापुरश होया तीन, ते बाबा ईश्वर सिंह जी राड़ा साहब वाले, ये चारे महापुरख एक समय च होए ने, चार बाबा अतर सिंह जी एक समय च होए ने, बाबा नंद सिंह जी महापुरख दो होए ने, एक संत बाबा नंद सिंह जी निर्मले सी, एक संत बाबा आनंद सिंह जी, बाबा ने ऐड़ा लाता सी अगे, बाबा आनंद सिंह जी महाराज नानकसर वाले सी, वो भी बड़े महापुरख कमाइया वाले सी, संत बाबा आनंद सिंह जी जेड़े निर्मले महापुरख सी। ये महापुरखा दियां ड्यूटियां तुरो दरगाहों लगदियां, चार पांच महापुरखां, चार महापुरख हो गए, बाबा देवा सिंह ते अतर सिंह, बाबा करम सिंह ते राम सिंह पूरा, ते अगला की हुक्म सी, नंद सिंह गरजा सिंह आदि पंथ लाज सभी मिल साजी, आदि हुंदा भी ये महापुरश जड़े ने मुख, उन्हें नंद सिंह गरजा सिंह भाव नंद सिंह शेर वांगू गजेगा, ते पंथ दी लाज ये पंजे महापुरख साजन गए आण के सभिन मिल साजी, नाल होर भी बहुत गुरसिख महापुरख होणगे, सारे मिलके इन्हां पंजा महापुरखां दी ड्यूटी है, जिवें पंज सिंह गुरु गोबिंद सिंह महाराज ने अमृत छका के पंज प्यारे बनाए सी, पंज सिंह गुरु ग्रंथ साहिब नूं गुरगद्दी देण लग्गिया गुरु गोबिंद सिंह ने हजूरी विच खड़ारे सी, पंज सिंघां दी प्रीख्या गुरु नानक साहब ने अंत वेले लई सी, जदों मुरदा खाण दे विच प्रसाद बनिया उदों बाबा बुढ़ा सिंह जी, बाबा बुढ़ा जी ते गुरु अंगद देव जी रह गए सी, ये उस समय पंज सिंह उस समय रह गए सी गुरु नानक साहब वेले, ये पंजां दी मर्यादा पिछों तों तुरी आउंदी, पंज पांडव सी, भगवान कृष्ण जी कोल द्रौपदा सी, पंज प्यारे गुरु गोबिंद सिंह जी महाराज कोल सी, माता साहब देवा कौर सी, ये पंज दी मर्यादा परमेश्वर ने साजी, ये पंच प्रवान पंच प्रदान, पंचे पावे दरगह मान, पंचे सोहे दर राजान, पंचा का गुर एक ध्यान, ये पंज दी पंचायत गुरु गोबिंद सिंह जी महाराज ने साजी, अज सारे पिंड पिंड विच पंचायती राज, सब तो पहला पंचायती राज धन गुरु गोबिंद सिंह जी ने बनाया है पंचवाला, अज पंच पिंड पिंड विच बनते ने, पंच का मतलब होंदा पंज, पंज जने चुने जाते सी पिंड दे विच, पंजां चों एक मुखी चुनिया जाता सी, यही गुरु गोबिंद सिंह दी मर्यादा पिंड पिंड विच चली कि पिंड का कंट्रोल करना, तो पंच बनाओ जी, पंचा चो एक बनाओ सरपंच श्रोमणी, पंज प्यारे बनाओ, पंजा प्यारियां चो एक मुख प्यारा भाई दया सिंह जी, तां पंथ का कार्य चलेगा, पिंड का कार्य चलेगा, एक पंज पंच होण ते एक सरपंच विचो बने, उन्हां दे विचो श्रोमणी बने, पंजा प्यारियां विचो एक जथेदार बने, ते पंथ का कार्य करनगे, ये पंजा दी मर्यादा धन गुरु गोबिंद सिंह जी ने सिख जगत दे विच लागू करती कि पंज प्यारे रल के वध तो वध गुरु साहब एक एक सिख दोए साध संग पंजी परवान, पंजा दे विच पूरे परवान, पंज दी मर्यादा गुरु साहब ने दसवें पातशाह ने अकाल पुरख ने गुरु गोबिंद सिंह दे रूप विच बख्शिश कीती है, ते ए मर्यादा पंज गुरु पंज गुरु फकीर होए ने, पंज गुरु राजे होए ने, गुरु हरगोबिंद साहब भी कलगी लाउंदे सी, गुरु हर राय साहब भी कलगियां लाउंदे सी, फौजियां रखदे सी, गुरु हरकिशन साहब का समा थोड़ा सी, उन्हां ने भी सिर ते कलगी लाई सी, गुरु तेग बहादुर साहब भी कलगी लाउंदे सी, गुरु गोबिंद सिंह भी लाउंदे सी, पंज गुरु जिहड़े आ फकीर रूपी विच होए ने, पंज राजे जोगी गुरु होए ने, जिन्हां ने कलगियां भी लाईयां, फौजां भी रखियां, गुरु तेग बहादुर साहब खुद लड़े जंगा युद्धां दे विच, इस तरह करके पंज पंज दी गुरु साहब ने जिहड़ी मर्यादा चलाई है, हुण पंच प्रवान करके
ਪੰਜਾਂ ਦੀ ਮਰਯਾਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੱਜ ਸਾਰੇ ਸੰਸਾਰ ਪਿੰਡ ਪਿੰਡ ਵਿੱਚ ਚੱਲ ਰਹੀ ਹੈ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਕੁਟਾਣ ਕੋਟ ਸ਼ੁਕਰਾਨਾ ਹੈ। ਇਹ ਮਹਾਂਸੰਪੜ ਪਾਠ ਧੰਨ ਬਾਬਾ ਮਹਾਰਨਾਮ ਸਿੰਘ ਜੀ ਨੇ ਇਹ ਬਚਨ ਕੀਤੇ ਕਿ ਪੰਜ ਮਹਾਂਪੁਰਖਾਂ ਦੀ ਦਰਗਾਹ 'ਚ ਡਿਊਟੀ ਲਾਈ ਗਈ ਸੀ, ਜਿਨ੍ਹਾਂ ਪੰਜਾਂ ਨੇ ਸਾਰੀ ਸੰਗਤਾਂ ਨਾਲ ਮਿਲ ਕੇ ਪੰਥ ਲਾਜ ਸਮਣ ਮਿਲ ਸਾਜੀ, ਉਹਨਾਂ 'ਚ ਬਾਬਾ ਆਨੰਦ ਸਿੰਘ ਜੀ ਨੇ ਆ ਸਿੱਖ ਜਗਤ ਵਿੱਚ ਆ ਰੰਗ ਲਿਆਉਂਦੇ ਨੇ। ਸਮਾਂ ਉੱਪਰ ਹੋ ਗਿਆ, ਅੱਜ ਇਹ ਸਮਾਪਤੀ ਦਾ ਦਿਨ ਹੈ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਇਸ ਪ੍ਰੋਗਰਾਮ ਦੀਆਂ, ਸਭ ਨੂੰ ਜੀ ਆਇਆਂ ਨੂੰ, ਅਤੇ ਜਿਨ੍ਹਾਂ ਨੇ ਜਾਣਾ ਅੱਜ ਜਾ ਸਕਦੇ ਆ ਕੇ ਲੈ ਕੇ ਪ੍ਰਸ਼ਾਦ ਲੈ ਕੇ। ਬਾਕੀ ਇੱਕ ਦਿਨ ਹੋਰ ਕੀਰਤਨ ਹੋਏਗਾ, ਖੰਡ ਪਾਠਾ ਸ਼ੁਕਰਾਨੇ ਦੇ ਭੋਗ ਪੈਣਗੇ ਇੱਥੇ। ਜਿੰਨਾ ਰਹਿਣਾ ਘੁੰਮਣਾ ਫਿਰਨਾ, ਅੱਜ ਘੁੰਮ ਫਿਰ ਵੀ ਆਇਓ ਸਾਰਾ ਦਿਨ, ਅਤੇ ਰਾਤ ਨੂੰ ਫਿਰ ਇੱਥੇ ਆ ਜਾਇਓ, ਵਿਸਰਾਮ ਕਰ ਲਿਓ, ਲੰਗਰ ਪਾਣੀ ਛਕ ਲਿਓ, ਅਤੇ ਸਵੇਰੇ ਪਾਠ ਦੇ ਭੋਗ ਪੈਣਗੇ, ਉਸ ਤੋਂ ਬਾਅਦ ਚਲੇ ਜਾਇਓ। ਅਤੇ ਜਿਹੜਾ ਸਾਡਾ ਪ੍ਰੋਗਰਾਮ ਸਖਤੀ ਵਾਲਾ ਸੀ ਉਹ ਅੱਜ ਸੰਪੂਰਨ ਹੋ ਗਿਆ, ਜਿਹੜੀ ਅਸੀਂ ਪੂਰੀ ਤਾੜ ਕੇ ਰੱਖਦੇ ਸੀ, ਸਾਰਿਆਂ ਨੂੰ ਖਿੱਚ ਕੇ ਰੱਖਦੇ ਸੀ। ਹੁਣ ਅੱਜ ਭੋਗ ਪੈਣ ਤੋਂ ਬਾਅਦ ਸਵੇਰੇ ਤੁਹਾਡੀਆਂ ਇਹ ਸੰਗਲ ਖੋਲ੍ਹਦੇ ਆ, ਅਤੇ ਜਿਹਨੇ ਕਿਸੇ ਨੇ ਘੁੰਮਣਾ ਫਿਰਨਾ ਘੁੰਮ ਫਿਰ ਲਿਓ, ਗੇੜਾ ਗੂੜਾ ਕਰ ਲਿਓ, ਫਿਰ ਇੱਥੇ ਵਾਪਸ ਆ ਜਿਓ, ਅਤੇ ਸਵੇਰੇ ਫਿਰ ਸੰਗਤਾਂ ਭੋਗਾਂ ਤੋਂ ਬਾਅਦ ਜਿੰਨਾ ਜਾਣਾ ਹੈ ਆਪੋ ਆਪਣੀਆਂ ਥਾਵਾਂ, ਜਿੰਨਾ ਅੱਜ ਆਗਿਆ ਲੈਣੀ ਅੱਜ ਆਗਿਆ ਲੈ ਕੇ ਚਲੇ ਜਾਣਾ। ਗੁਰੂ ਸਾਹਿਬ ਕਿਰਪਾ ਕਰਨ, ਹੁਣ ਆਓ ਜਿੱਥੋਂ ਸ਼ੁਰੂ ਕੀਤਾ ਸੀ ਇੱਕ ਓਂਕਾਰ ਤੋਂ, ਉੱਥੇ ਹੀ ਆਪਾਂ ਇਹਨੂੰ ਸਮਾਪਤ ਕਰੀਏ। ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਨਾਨਕ ਹੋਸੀ ਪੀ ਸੱਚ ਵਾਹੇ ਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਨਾਮ ਸਤ ਨਾਮ ਸਤ ਨਾਮ ਸੰਤ ਬਾਬਾ ਸੁਖਦੇਵ ਸਿੰਘ ਜੀ ਸ਼੍ਰੀ ਭੁੱਚੋ ਸਾਹਿਬ ਵਾਲਿਆਂ ਦੀਆਂ ਹੋਰ ਵੀ ਨਵੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ।